ये मैथ है, ये देख लो सारा बंगाली है, ये देख लो। আমরা সিদ্ধু মুসেওয়ালার গান খুব শুনতাম, আমরা খুব ভালোবাসি ওনাকে। হ্যাঁ, উনি এখন নেই, কিন্তু উনি সারা ভারতে। ਪਹਿਲਾਂ ਥੋੜੀ ਜਿਹੀ ਪੰਜਾਬੀ ਵੀ ਬੋਲੀ ਸੀਗੀ। ਅੱਛਾ। ਹਾਂ, ਤੇ ਕਹਿੰਦੀ ਸੀ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ, ਅੱਜ ਉਹ ਆਪਣੇ ਦੇ ਵਿੱਚ ਨਹੀਂ ਹੈਗਾ, ਇਹ ਸਾਡੀ ਬਦਕਿਸਮਤੀ ਆ। আমাদের ਪ੍ਰਾਊਡ ਹਵਾ কথা ਕਿ আমরা ਬੰਗਾਲੇ ਪੋੜੀ আর আমরা আমাদের ভারত মাটিকে ਆਪਦਾ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਬੰਗਾਲ 'ਚ ਰਹਿੰਦੇ ਹਾਂ, ਬੰਗਾਲੀ ਬੋਲਦੇ ਹਾਂ ਤੇ ਬੰਗਾਲੀ 'ਚ ਪੜ੍ਹਦੇ ਹਾਂ। ਆਹ ਸਾਇੰਸ ਦੀ ਕਿਤਾਬ ਹੈ ਜੀ, ਸਾਰੀ ਸਾਰੀ ਬੰਗਾਲੀ 'ਚ ਹੈ। ਇੱਥੋਂ ਇਹ ਸਾਇੰਸ ਆਪਣੀ ਬੋਲੀ 'ਚ ਪੜ੍ਹ ਕੇ ਸਾਇੰਟਿਸਟ ਬਣੇ ਨੇ, ਜਿਨ੍ਹਾਂ ਨੇ ਨੋਬਲ ਪੁਰਸਕਾਰ ਜਿੱਤੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜਿਉਂਦੇ ਰਹੋ ਬਾਈ। ਬਾਈ ਦੇਖ ਲਾ, ਸਤਿ ਸ੍ਰੀ ਅਕਾਲ ਦਾ ਵੀ ਪਤਾ। ਤੈਨੂੰ ਇੰਗਲਿਸ਼ ਹੈ 1 2 3 4, ਇਹਗੁਲੋ ਕਿਤੇ ਸਭ ਬੰਗਲਾਤੇ ਲਿਖਾ ਹੈ। ਅੱਛਾ। ਇੰਗਲਿਸ਼ ਹੈ ਲਿਖਾ ਹੋਇਆ ਨਾ, ਸਭ ਬੰਗਲਾਤੇ। ਇੰਗਲਿਸ਼ ਦਾ ਸਬਜੈਕਟ ਇੰਗਲਿਸ਼ 'ਚ ਆ, ਸਿਰਫ ਉਹੀ ਅਸੀਂ ਪੜਾਉਂਦੇ ਆ, ਬਾਕੀ ਸਾਡੀਆਂ ਕਹਿੰਦਾ ਬੁੱਕਾਂ ਤੱਕ ਜਦ ਸਾਡੀਆਂ ਬੰਗਾਲੀ 'ਚ ਨੇ। ਸਾਇੰਸ, ਸਮਾਜਿਕ। ਕੌਣ ਸਿੰਗਰ ਦਾ ਨਾਮ ਨਹੀਂ? ਆਰ ਸੋਬ, ਆਰ ਮਹਿੰਦਰ ਗਿੱਲ। আর বেশি শুনি না। দেখো ইয়ার, পাওয়ার আছে, শুধুমাত্র আলাদা ভাষাতে নয়, আমাদের ভাষাতে পাওয়ার আছে। কই স্কুলਾਂ ਦੇ ਵਿੱਚ ਤੁਹਾਡੇ ਤੇ ਕੋਈ ਜਬਰੀ ਬੋਲੀ ਤਾਂ ਨਹੀਂ ਥੁੱਪੀ ਜਾਂਦੀ? ਸਾਰਾ ਸਾਰਾ ਸਕੂਲ ਦਾ ਨਾਂ ਜੋ ਵੀ ਹੈਗਾ ਸਾਰਾ ਬੰਗਲਾ ਚ। ਆਪਣੀ ਬੋਲੀ ਚ ਬੰਗਲਾ ਚ ਲਿਖਿਆ, ਕੁੜੀਆਂ ਦੇ ਵਿੱਚ ਲਿਖਿਆ ਹੋਇਆ। ਬੰਗਾਲੀ ਸਾਰਾ ਬੰਗਾਲੀ ਚ ਹੈ, ਆਹ ਦੇਖ ਲੋ ਸਾਰਾ ਲਿਖਿਆ ਹੋਇਆ। ਆ ਦੇਖ ਲੋ ਸਾਰਾ, ਕੋਈ ਅੱਖਰ ਹੋਰ ਨਜ਼ਰ ਆਉਂਦਾ ਸਾਨੂੰ? ਜਿਹਨਾਂ ਨੂੰ ਭੂਤ ਚੰਬੜਿਆ ਫਲਾਣੇ ਦੇ, ਟੀਚਰਾਂ ਦੇ, ਮਾਸਟਰਾਂ ਦੇ ਨਾਂ, ਅੰਦਰ ਮਾਹੌਲ ਪੂਰਾ ਬੰਗਾਲੀ ਹੈ। ਤੇ ਸਭ ਤੋਂ ਵੱਧ ਸੀ ਵੀ ਦਰ ਹੈ ਪੜ੍ਹਨ ਦੀ, ਜਿਹੜੀ ਐਵਰੇਜ ਆ ਉਹ ਵੀ ਬੰਗਾਲ ਉਹਦੇ ਵਿੱਚ ਵੀ ਬਹੁਤ ਉੱਪਰ ਹੈ। ਫਿਰ ਇਹ ਆਪਣੀ ਬੋਲੀ ਨੂੰ, ਜਿਹੜਾ ਸਾਡੇ ਕੀੜਾ ਵੜਿਆ ਨਾ ਦਿਮਾਗ 'ਚ ਵੀ ਬੋਲੀ ਨੂੰ ਛੱਡ ਕੇ ਅਸੀਂ ਹੋਰ ਬੋਲੀ ਨੂੰ ਫੜ ਕੇ ਕਾਮਯਾਬ ਹੋ ਜਾਵਾਂਗੇ, ਇਹ ਕੀੜਾ ਕੱਢੋ। ਪੜ੍ਹੋ, ਅਸੀਂ ਕਦੇ ਨਹੀਂ ਕਿਹਾ ਜਵਾਕਾਂ ਨੂੰ ਅੰਗਰੇਜ਼ੀ ਸਾਰੀਆਂ ਜ਼ਬਾਨਾਂ ਪੜ੍ਹਾਓ, ਵੱਧ ਤੋਂ ਵੱਧ ਪੜ੍ਹਾਓ, ਪਰ ਇਹਨਾਂ ਤੋਂ ਇਹ ਸਿੱਖਣ ਨੂੰ ਬਹੁਤ ਕੁਛ ਮਿਲਿਆ, ਇਹ ਸਿੱਖੋ। ਬੋਰਡ ਤੇ ਲਿਖਦੇ ਆ ਸਰ ਆਪਣੀ ਬੰਗਲਾ 'ਚ, ਇੱਧਰ ਆ ਜਾਓ, ਆਹ ਦੇਖ ਲਓ, ਆਹ ਇੱਥੇ ਲਿਖਿਆ ਹੋਇਆ, ਪਤਾ ਨਹੀਂ ਕੀ ਲਿਖਿਆ ਤਾਂ ਪਤਾ ਨਹੀਂ ਲੱਗਦਾ ਸਾਨੂੰ, ਪਰ ਇਹ ਸਾਰੇ ਬੋਰਡ ਇਹਨਾਂ ਦੀ ਆਪਣੀ ਬੰਗਲਾ 'ਚ ਆ, ਆਹ ਦੇਖ ਲਓ। ਹਾਂਜੀ, ਸਤਿ ਸ੍ਰੀ ਅਕਾਲ ਪੰਜਾਬੀਓ, ਅਸੀਂ ਆਏ ਹਾਂ ਬੰਗਾਲ ਦੇ ਅੰਦਰ, ਬੰਗਾਲ 'ਚ ਕਲਕੱਤੇ ਦੇ ਵਿੱਚ ਸਕੂਲਾਂ ਦੇ ਅੰਦਰ। ਅਸੀਂ ਬੰਗਾਲ ਤੋਂ ਅੱਗੇ ਤਾਮਿਲਨਾਡੂ, ਕਰਨਾਟਕਾ ਉੱਧਰ ਵੀ ਜਾਣਾ, ਕਿਉਂਕਿ ਅਸੀਂ ਪੰਜਾਬੀਆਂ ਨੂੰ ਦਿਖਾਉਣਾ ਚਾਹੁੰਦੇ ਹਾਂ, ਜਾਂ ਗੂੰਗੀ ਬੋਲੀ ਸੌਂ ਚੁੱਕੀ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਾਂ, ਦੱਸਣਾ ਚਾਹੁੰਦੇ ਹਾਂ, ਜਾਂ ਉਹਨਾਂ ਮਾਪਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬੋਲੀ ਵਿਰਸਾ ਕਿਸੇ ਕੌਮ ਲਈ, ਉੱਥੋਂ ਦੀ ਜ਼ਬਾਨੀ ਲਈ, ਬੱਚਿਆਂ ਲਈ ਕਿੰਨਾ ਅਹਿਮ ਹੁੰਦਾ ਹੈ, ਕਿਵੇਂ ਕੌਮਾਂ ਆਪਣੀ ਬੋਲੀ ਨਾਲ ਜੁੜੀਆਂ ਨੇ, ਕਿਵੇਂ ਉਹਨੂੰ ਪਿਆਰ ਕਰਦੀਆਂ ਨੇ, ਕਿਵੇਂ ਆਪਣਾ ਵਿਰਸਾ, ਆਪਣਾ ਸਾਹਿਤ, ਆਪਣਾ ਇਤਿਹਾਸ ਸਾਂਭਿਆ ਹੋਇਆ ਹੈ, ਇਹ ਬੰਗਾਲੀਆਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ, ਕਿਉਂਕਿ ਅਸੀਂ ਬੰਗਾਲ 'ਚ ਹਾਂ, ਕਲਕੱਤੇ ਹਾਂ, ਅਤੇ ਅਸੀਂ ਤੁਹਾਨੂੰ ਇਹਨਾਂ ਲੋਕਾਂ ਦਾ ਹਰ ਉਹ ਜਗ੍ਹਾ, ਹਰ ਉਹ ਚੀਜ਼ ਦਿਖਾਵਾਂਗੇ ਜਿੱਥੇ ਜਿੱਥੇ ਇਹ ਆਪਣੀ ਬੋਲੀ ਨੂੰ, ਆਪਣੇ ਵਿਰਸੇ ਨੂੰ ਪਿਆਰ ਕਰਦੇ ਨੇ, ਉਹਨੂੰ ਸਾਂਭ ਕੇ ਰੱਖਿਆ ਹੋਇਆ, ਉਹਦੇ ਲਈ ਇਹ ਆਪਣੀ ਜਾਨਾਂ ਤੱਕ ਕੁਰਬਾਨ ਕਰ ਦਿੰਦੇ ਨੇ। ਕਿਉਂਕਿ 21 ਫਰਵਰੀ ਦਾ ਦਿਨ ਆਉਂਦਾ, ਮਾਂ ਬੋਲੀ ਦਾ ਦਿਹਾੜਾ ਪੂਰੀ ਦੁਨੀਆ 'ਚ ਮਨਾਇਆ ਜਾਂਦਾ, ਉਹ ਇਹਨਾਂ ਲੋਕਾਂ ਨੂੰ ਸਮਰਪਿਤ ਆ, ਇਹ ਬੰਗਲਾ ਲੋਕਾਂ ਨੂੰ ਸਮਰਪਿਤ ਆ, ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ, ਬੰਗਲਾ ਨੂੰ ਬਚਾਉਣ ਲਈ, ਜਦੋਂ ਜਬਰੀ ਇਹਨਾਂ 'ਤੇ ਉਰਦੂ ਥੋਪੀ ਗਈ ਸੀ ਤਾਂ ਇਹਨਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਜਾਨਾਂ ਦਿੱਤੀਆਂ ਸੀ। ਉਸ ਸਮੇਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ, ਸਕੂਲਾਂ ਦੇ ਵਿਦਿਆਰਥੀਆਂ ਨੇ ਨਿਕਲ ਕੇ ਸੜਕਾਂ 'ਤੇ ਆਏ ਸੀ, ਅਤੇ ਬੰਗਲਾਦੇਸ਼ ਵੀ ਬੋਲੀ ਦੇ ਆਧਾਰ 'ਤੇ ਬਣਿਆ ਸੀ। ਇਸ ਕਰਕੇ 21 ਫਰਵਰੀ ਦਾ ਦਿਨ ਆ ਜਿਹੜਾ ਉਹ ਇਹਨਾਂ ਲੋਕਾਂ ਨੂੰ ਸਮਰਪਿਤ ਆ। ਅਸੀਂ ਉਹਨਾਂ ਕੋਲ ਆਏ ਹਾਂ, ਉਹਨਾਂ ਦੇ ਟੀਚਰ ਖੜੇ ਨੇ, ਇਹ ਸਾਡੇ ਸਾਹਮਣੇ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਕਲਾਸ ਦੇ ਵਿੱਚ ਬੈਠੇ ਆ, ਆਪਾਂ ਇਹਨਾਂ ਨੂੰ ਪੁੱਛਾਂਗੇ। ਇਹ ਸਾਡੇ ਨਾਲ ਵੀਰ, ਇਹ ਭਰਾ 'ਚ ਹੀ ਰਹਿੰਦੇ ਆ ਕਲਕੱਤੇ। ਮੈਂ ਆਪਣਾ ਸੁਮਨ ਤੁਹਾਨੂੰ ਪੁੱਛਣਾ ਚਾਹੁੰਦਾ, ਤੂੰ ਇਹਨਾਂ ਨੂੰ ਪੁੱਛ ਮੇਰਾ ਵੀਰ, ਇਹਨਾਂ ਨੂੰ, ਇਹਨਾਂ ਦੀ ਭਾਸ਼ਾ 'ਚ, ਬੱਚਿਆਂ ਨੂੰ, ਇਹਨਾਂ ਦੀ ਬੋਲੀ 'ਚ ਟੀਚਰ ਖੜੇ ਆ, ਵੀ ਇਹ ਆਪਣੀ ਬੋਲੀ ਨੂੰ ਕਿੰਨਾ ਕੁ ਪਿਆਰ ਕਰਦੇ ਆ। এখানে আমাদের আপনাদের কে এইটুকু জিজ্ঞেস করতে মানে আমরা এসেছি কি আপনা আপনাদের ল্যাঙ্গুয়েজ কে কত ভালোবাসেন।
কত বাংলাকে বা বাংলাতে পড়াশোনা করেন, আর কোনো ল্যাঙ্গুয়েজ বলেন কি বলেন না, কথা যেটা স্টাডি হয় সেটা আপনি বাংলাতে করেন, আর বাংলাকে কত ভালোবাসেন? আমরা বেঙ্গলে থাকি আর আমাদের প্রাউড হবার কথা কি আমরা বেঙ্গলে পড়ি আর আমরা আমাদের ভারত মাটিকে অনেক ভালোবাসি। স্পেশালি আমরা নিজের মাকে, আমাদের নিজের বাংলা মাকে খুব ভালোবাসি, কারণ আমরা বাঙালি, তাই আমরা নিজের ভাষাকে নিয়ে প্রচণ্ড গর্ব করি। আর আমরা একদম চাইব না যে আমরা আমাদের পুরো বাংলাটা উঠে যাক আর আমাদের এই জায়গায় ইংরেজি আসুক, কিংবা ইংরেজিতেই সবাই, যদি ভারতে আমরা পড়ি তাহলে আমরা ইংরেজি এতটাও ইউজ করব না যেটাতে কি আমাদের নিজের ভারতেরই কালচার, আমাদের নিজেদেরই ভারতের ভাষা এফেক্ট হবে। আমি এটুকুই বলতে পারবো যারা বাংলা পড়ে তাদেরও কোনো অসুবিধা থাকা উচিত না কি আমরা বাংলা পড়ি। ਕਹਿੰਦੇ ਬਈ ਅਸੀਂ ਬੰਗਾਲ 'ਚ ਰਹਿੰਦੇ ਹਾਂ ਤੇ ਅਸੀਂ ਆਪਦਾ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਬੰਗਾਲ 'ਚ ਰਹਿੰਦੇ ਹਾਂ, ਬੰਗਾਲੀ ਬੋਲਦੇ ਹਾਂ ਤੇ ਬੰਗਾਲੀ 'ਚ ਪੜ੍ਹਦੇ ਹਾਂ। ਕਹਿੰਦੇ ਬਾਹਰ ਜਾਂਦੇ ਹਾਂ, ਠੀਕ ਹੈ ਇੰਗਲਿਸ਼ ਇੱਕ ਜ਼ਰੂਰੀ ਉਹ ਆ, ਬਾਹਰ ਬੋਲੀ ਜਾਂਦੀ, ਪਰ ਅਸੀਂ ਬੰਗਾਲ 'ਚ ਰਹਿੰਦੇ ਤੇ ਅਸੀਂ ਬੰਗਾਲੀ ਆਪਦੀ ਮਾਂ ਬੋਲੀ ਨੂੰ ਹੀ ਤਰਜੀਹ ਦਿੰਦੇ ਹਾਂ ਪਹਿਲੇ ਨੰਬਰ 'ਤੇ। ਸਾਡੇ ਬੋਰਡ ਵੀ, ਹੋਰਡਿੰਗਸ ਵੀ ਰੋਡਾਂ 'ਤੇ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਵੀ ਸਾਡੀ ਬੰਗਾਲੀ 'ਚ ਲਿਖੀਆਂ ਹੋਈਆਂ ਨੇ, ਠੀਕ ਹੈ ਅੰਗਰੇਜ਼ੀ, ਹਾਂ ਬੱਸਾਂ 'ਤੇ ਵੀ, ਜਿਹੜਾ ਇਹਨਾਂ ਦੇ ਆਲੇ ਦੁਆਲੇ ਐਟਮੋਸਫੇਅਰ ਹੈ ਜਿੱਥੇ ਵੀ, ਕਹਿੰਦੇ ਸਾਡੀ ਪੜ੍ਹਾਈ ਵੀ ਜਿਹੜੀ ਹੁੰਦੀ ਹੈ ਅਸੀਂ ਬੰਗਾਲੀ 'ਚ ਹੀ ਪੜ੍ਹ ਕੇ ਹੀ ਮਾਣ ਮਹਿਸੂਸ ਕਰਦੇ ਹਾਂ, ਸਾਨੂੰ ਹੋਰ ਭਾਸ਼ਾਵਾਂ ਦੀ ਕੋਈ ਇੰਨੀ ਬਹੁਤੀ ਲੋੜ ਨਹੀਂ। ਇੱਕ ਨਾ ਇੱਕ ਇਹ ਪੁੱਛੀ ਵੀ ਕੋਈ ਸਕੂਲਾਂ ਦੇ ਵਿੱਚ ਤੁਹਾਡੇ ਤੇ ਕੋਈ ਜਬਰੀ ਬੋਲੀ ਤਾਂ ਨਹੀਂ ਥੁੱਪੀ ਜਾਂਦੀ ਅਦਰ ਲੈਂਗੁਏਜ? ਆਮੀ ਆਮਰਾ ਇਟਾ ਜਿਗੇ ਸਕੂਲ ਚ ਕਿ ਆਪਨਾਦਰ ਕੇ ਫੋਰਸਫੁਲੀ ਬੰਗਲਾ ਛੜਾ ਆਰ ਕੋਨੋ ਲੈਂਗੁਏਜ ਪੜਾ, ਮਾਨੇ ਬੋਲਾ ਬੋਲਾ ਜਾਏ ਕਿ ਸਕੂਲੇ ਬੰਗਲਾ ਬੋਲਵੇ ਨਾ, ਬੰਗਲਾ ਬੋਲਾ ਵਰਜਿਤ ਆਚੇ ਬਾ ਕੋਨੋ ਫਾਈਨ ਆਚੇ ਬੰਗਲਾ ਬੋਲਤੇ? না, আমাদের অনেক কমফোর্টেবলি বলছো তাহলে তোমরা ওইটাতেই কমফোর্টেবলি বলো, আর আমাদের কোনো প্রেশারাইজ করা হয় না কি তোমরা ইংলিশে বলো, কারণ না এটা আমাদের মাদার টং। হ্যাঁ, কি কেন কেন্দি ভাই সাড়ে তে কই হ্যাঁ জি কই সাড়ে তে ধাক্কে নাল থোপি নি জাঁদি বোলি সানু খুল পুরি খুল ছোটা ভি তুসি বাঙালি হো, বাঙালি বোলো, সাড়ে তে কই অবজেকশন নি, না কই ভি ল্যাঙ্গুয়েজ, কই ভি আদার ল্যাঙ্গুয়েজ দা ভি জামে আজ জে বড়া ভি প্রেফারেন্স চলদা হোর বোলিয়া সিখণ দা ইয়া বোলণ দা ভি স্কুলাঁ চ চলদা। ਕਹਿੰਦੇ ਸਾਡੇ ਤਾਂ ਜੀ ਕੋਈ ਰੋਕ ਟੋਕ ਨਹੀਂ, ਅਸੀਂ ਮਾਣ ਨਾਲ ਬੰਗਾਲੀ ਬੋਲਦੇ ਹਾਂ ਤੇ ਸਾਡੇ ਤੇ ਕੋਈ ਫਾਈਨ ਨਹੀਂ, ਕੋਈ ਚਾਰਜਸ ਨਹੀਂ, ਆਸਾਨੀ ਨਾਲ ਸਾਨੂੰ ਕੋਈ ਦਿੱਕਤ ਨਹੀਂ। ਇੱਕ ਟੀਚਰ ਨੂੰ ਪੁੱਛੋ ਵੀ ਮੈਥ ਤੇ ਸਾਇੰਸ ਆ ਜਿਹੜੀ, ਹੈ ਨਾ, ਹਿਸਾਬ ਤੇ ਜਿਹੜਾ ਆਪਣਾ ਸਾਇੰਸ ਹੈ, ਵੀ ਉਹ ਤੁਸੀਂ ਕਿਹੜੀ ਬੋਲੀ 'ਚ ਪੜ੍ਹਾਉਣੇ? ਦਾਦਾ ਰਾ ਜਿਗੇਸ ਕਰਚੇ ਕਿ ਇਹਨੇ ਜਿਹੜਾ ਇੰਗਲਿਸ਼, ਸੋਰੀ ਇੰਗਲਿਸ਼ ਬੋਲਚੀ, ਸਾਇੰਸ ਬਾ ਮੈਥਸ ਆਚੇ ਸੇਟਾ ਕੋਨ ਲੈਂਗੁਏਜ 'ਚ ਪੜ੍ਹਾਉਣਾ? ਨਾ, ਇਹਗੁਲੋ ਸਭ ਬੰਗਾਲੀਤੇ ਲਿਖਾ ਆਚੇ, ਆਮਾਦੇ ਸਾਇੰਸ ਕਿ ਆਮਾਦੇ ਮੈਥ ਜਿਹਗੁਲੋ ਬੋਈਗੁਲੋ ਆਚੇ ਸਭ ਕਿੰਤੂ ਬੰਗਾਲੀ ਮੀਡੀਅਮ ਲਿਖਾ ਆਚੇ, ਇੰਗਲਿਸ਼ ਮੀਡੀਅਮ ਲਿਖਾ ਨਹੀਂ। ਅੱਛਾ, ਕੀ ਕਹਿੰਦੇ ਪੁੱਛੋ? ਉਹ ਕਹਿੰਦੇ ਬਾਈ, ਉਹ ਕਹਿੰਦੇ ਬਈ ਜਿਹੜੀ ਵੀ ਸਾਡੀ ਬੁੱਕਾਂ ਨੇ ਸਾਇੰਸ ਦੀਆਂ, ਮੈਥ ਦੀਆਂ, ਇਹ ਸਾਡੀਆਂ ਬੰਗਾਲੀ 'ਚ ਹੀ ਨੇ, ਅਸੀਂ ਬੰਗਾਲੀ 'ਚ ਹੀ ਬੁੱਕਾਂ ਨੇ ਬੰਗਾਲੀ 'ਚ ਹੀ ਪੜ੍ਹਾਉਂਦੇ ਹਾਂ, ਅਤੇ ਇੱਦਾਂ ਕੁਛ ਨਹੀਂ ਹੈਗਾ ਵੀ ਉਹ ਇੰਗਲਿਸ਼ 'ਚ ਪੜ੍ਹਾਉਣੇ ਨੇ ਜਾਂ ਕੁਛ। ਪਿੱਛੇ ਬੋਰਡ ਵੀ ਦੇਖੋ ਬਾਈ, ਸਾਰਾ ਪਿੱਛੇ ਬੋਰਡ ਵੀ ਦੇਖੋ ਬਾਈ, ਬੰਗਾਲੀ 'ਚ ਲਿਖਿਆ ਹੋਇਆ ਸਾਰਾ, ਉੱਥੇ ਸਾਰਾ ਚੱਲਦਾ। ਇੱਕ ਮੁੰਡੇ ਨੂੰ ਪੁੱਛ ਲਾ ਮਾੜਾ, ਇਹ ਪੁੱਛੂ ਨਾ ਪੁੱਛੂ, ਇਹ ਤਾਂ ਪੁੱਛੂਗਾ ਹੁਣ ਇੱਕ। ਅੱਛਾ, ਇਹ ਸਵਾਲ, ਇਹ ਬਹੁਤ ਵੱਡਾ ਸਵਾਲ ਖੜਾ, ਸਾਡੇ ਬਹੁਤ ਵਿਦਵਾਨ ਇਹ ਬਹੁਤ ਗਿਆਨ ਝਾੜਦੇ ਆ ਕਿ ਮੈਥ ਪੜ੍ਹਨਾ ਜਾਂ ਸਾਇੰਸ ਪੜ੍ਹਨੀ ਹੈ ਤਾਂ ਅੰਗਰੇਜ਼ੀ ਜ਼ਰੂਰੀ ਹੈ। ਤੁਸੀਂ ਦੇਖੋ ਕਿ ਇਹ ਸਾਇੰਸ ਵੀ, ਮੈਥ ਵੀ, ਹਿਸਾਬ ਵੀ, ਸਾਇੰਸ ਵੀ, ਦੋਨੇ ਵਿਗਿਆਨ ਵੀ, ਇਹ ਆਪਣੀ ਬੋਲੀ 'ਚ ਹੀ ਪੜ੍ਹਾਉਂਦੇ ਆ ਬਾਈ। ਇਹਦਾ ਕਮਾਲ ਦੀ ਗੱਲ ਆ ਨਾ, ਦੇਖੋ ਦੇਖੋ ਇਹ ਇਹ ਇੱਕ ਹੋਰ ਸਵਾਲ ਪੁੱਛ ਇਹਨਾਂ ਨੂੰ ਵੀ ਬੰਗਾਲ ਦੇ ਅੰਦਰ ਜਿਹੜੇ ਸਾਇੰਟਿਸਟ ਨੇ ਜਾਂ ਜਿਹੜਾ ਜਿਹੜੀ ਸਾਖਰਤਾ ਦਰ ਆ ਪੜ੍ਹੇ ਲਿਖਿਆਂ ਦਾ, ਜਿਹੜਾ ਹੀ ਪਰਸੈਂਟੇਜ ਆ, ਉਹ ਕਿੰਨੀ ਆ, ਕਿੱਥੇ ਖੜੀ ਆ? ਇੱਕ ਚੀਜ਼ ਬਾਈ ਤੁਹਾਨੂੰ ਮੈਂ ਹੋਰ ਪੁੱਛਣਾ ਵੀ ਜਿਹੜਾ ਸਕੂਲਾਂ ਦੇ ਵਿੱਚ, ਆਪਾਂ ਕਿੰਨੇ ਸਕੂਲਾਂ ਦੇ ਵਿੱਚ ਗਏ ਹਾਂ, ਇਹ ਆਪਦੀ ਬੰਗਾਲੀ ਪੜ੍ਹਾ ਰਹੇ ਨੇ, ਇਹਦਾ ਕਾਰਨ ਸਰਕਾਰ ਆ ਜਾਂ ਕੀ, ਸਰਕਾਰ ਦੇ ਕਾਰਨ ਇਹ ਵੀ ਇਹਨਾਂ ਦੀ ਇਹਨਾਂ ਦਾ ਇਹ ਸਾਰੇ ਪੁੱਛ ਪੁੱਛ ਪਿਆਰ ਕਰਦੇ ਬੋਲੀ ਹਮਰਾ ਇਹਟਾ ਜਿਗੇਸ ਕਰਦੇ ਚਾਹੀਦੀ ਦਾਦਾ ਰਾ ਕਿ ਇਹਨੇ ਜਿਹੜਾ ਬੰਗਲਾ ਤੇ ਸਾਇੰਟਿਸਟ ਆ ਚ ਜਾਂ ਡਾਕਟਰ ਸਾ ਚ ਤਾਦਰ ਮਾਨੇ ਕਤੋ ਪਰਸੈਂਟੇਜ ਆ ਤੇ ਜਿੰਦੇ ਕੋ ਹਮਰਾ ਜਾਣੀ ਕਿ ਬੰਗਲਾ ਤੇ ਤੋ ਖੂਬ ਸਭਾਈ ਅਨੇਕ ਪੜਾ ਲਿਖਾ ਆਚੇ সবাই বাংলা নিয়ে পড়ে বেশি করে? না, সবই বাংলা নিয়ে পড়ে, আমাদের তো বই টই সবগুলো বাংলা। আচ্ছা, হ্যাঁ, কেবল ইংলিশ একটা বই, ওইটাই ইংলিশে পড়ায়, তাহলে আর সব আমাদের যে ধরুন ইংলিশে 1 2 3 4 এগুলো কিন্তু সব বাংলাতে লেখা হয়, ইংলিশে লেখা হয় না, সব বাংলাতে। যে যে আমাদের ম্যাথ আছে, এটা গণিত যেটা বলা হয়, এটা সব ভাষা কিন্তু বেঙ্গলি ভাষায় লেখা আছে, ওখানে কিন্তু কোনো ইংলিশের টার্ম লেখা নেই। ਹਾਂਜੀ, ਇਹ ਕਹਿੰਦੇ ਸਾਡੇ ਪੜ੍ਹੇ ਲਿਖਿਆਂ ਦੀ ਦਰ ਬਹੁਤ ਹਾਈ ਆ, ਵੀ ਜਿਹੜੇ ਸਾਡੇ ਡਾਕਟਰ ਵੀ, ਸਾਇੰਟਿਸਟ ਵੀ, ਉਹ ਬਣਦੇ ਨੇ, ਇਹ ਵੀ ਬੰਗਾਲੀ ਪੜ੍ਹ ਪੜ੍ਹ ਹੀ ਗਾਹਾਂ ਵਧੇ ਨੇ, ਵੀ ਬੰਗਾਲੀ 'ਚ ਹੀ ਪੜ੍ਹੇ ਨੇ, ਇਹੋ ਜਿਹਾ ਕੋਈ ਉਹ ਨਹੀਂ ਗਾ ਵੀ ਕੋਈ ਹੋਰ ਲੈਂਗੁਏਜ ਪੜ੍ਹਦੇ ਆ। ਇਹ ਕੋਈ ਪੈਰਾਮੀਟਰ ਨਹੀਂ ਹੈਗਾ ਵੀ ਤੁਸੀਂ
ਫਲਾਨੀ ਜਮਾਨ ਨਹੀਂ ਪੜੋਗੇ, ਫਲਾਨੀ ਨਹੀਂ ਪੜੋਗੇ ਡਾਕਟਰ ਨਹੀਂ ਬਣ ਸਕਦੇ। ਇੱਕ ਹੋਰ ਵੱਡੀ ਗੱਲ ਕਹੀ ਆ ਵੀ ਜਿਹੜਾ ਮੈਥ ਆ, ਮੈਥ 'ਚ ਜਿਵੇਂ ਬਾਕੀ ਸਭ ਕੁਛ ਚਲੋ ਆਪਾਂ ਬੰਗਾਲੀ 'ਚ ਲਿਖ ਲਿਆ, ਜਿਹੜਾ 1 2 3 ਆ ਉਹ ਆਪਾਂ ਇੰਗਲਿਸ਼ 'ਚ ਲਿਖ ਦਿੰਦੇ ਹਾਂ, ਕਹਿੰਦੇ ਸਾਡੇ ਉਹ ਵੀ ਬੰਗਾਲੀ ਅੱਖਰਾਂ 'ਚ ਲਿਖਿਆ ਜਾਂਦਾ, ਜਿਵੇਂ ਏਕਾ ਦੁਆ ਆਪਾਂ, ਏਕਾ ਦੁਆ ਜਾਂ ਪਹਾੜੇ ਹਨਾ, ਉਹ ਵੀ ਸਾਰਾ ਹੀ ਆਪਣੇ 'ਚ ਲਿਖਦੇ বেঙ্গলি লিখতেই হবে, বেঙ্গলিটা মাস্ট সব জায়গায়, এবং অফিসিয়ালি কাগজপত্র বলছে বেঙ্গলিতে লিখ। এক মিনিট পুছি ভি যেটা মান লো ইনা দা প্যার মোহাব্বত আপনি বোলি লি আপনে বিরসে লি ਇਹ ਸਰਕਾਰ ਇਹਨਾਂ ਨੂੰ ਕੋਈ ਦਬਾਅ ਪਾ ਰਹੀ ਹੈ ਕਿ ਇਹਨਾਂ ਦੇ ਅੰਦਰ ਹੀ ਇੰਨਾ ਜਜ਼ਬਾ? ਅਮਰਾ ਜਿਗੇਸ ਕੋਲ ਜੀ ਕਿ ਜੇਟਾ ਆਪਣਾ ਬੰਗਲਾ ਭਾਲੋ ਆਪਣਾ ਨਿਜਰ ਲੈਂਗੁਏਜ ਕਹਿ ਤੋ ਭਾਲੋ ਬਸ ਹੈ, ਸੇਟਾ ਇੱਕਟਾ ਗਵਰਨਮੈਂਟ ਪ੍ਰੈਸ਼ਰ ਆਚੇ ਨਾ ਆਪਣਾ ਇੱਕਟਾ ਨਿਜੇ ਇੱਕਟਾ ਮੋਨ ਦੀਏ ਆਪਣਾ ਦੇ ਪਿਆਰ ਆਚੇ ਮੋਨ ਦੀਏ, ਏਵੰ ਸਰਕਾਰੋ ਬੋਲਚੇ ਜੇ ਜੇਟੂ ਬੰਗਲਾ ਭਾਸ਼ਾ ਤਾਕੇ ਭਾਲੋ ਬਾਸੋ, ਕਿੰਤੂ ਆਪਣਾ ਦੇ ਕੀ ਲਾਵਾ ਚੇ ਆਪਣੀ ਕਤੋ ਮੋਨ ਦੀਏ ਇੱਟਾ ਭਾਲੋ ਬਾਸੋ, ਆਪਣਾ ਮੋਨ ਦੀਏ ਕਰਨ ਨਾ ਮਾਤ੍ਰਿਭਾਸ਼ਾ ਤੋ ਕਿਉਂ ਕਾ ਮਾਤ੍ਰਿਭਾਸ਼ਾ ਕੇ ਤੋ ਕਿਉਂ ਮਾ ਕੇ ਤੋ ਅਸਮਾਨ ਕਰਵੇ ਨਾ, তাকে তো আগে সম্মান দিতে হবে অন্য ভাষাকে পড়ে এনা দি ভাই আমার দাদা জানা প্রয়োজন আছে। আ ভাই গাল তো এতটা না, এ কইতে ভাই ভাষাকে প্রয়োজন আছে। সরকার তো যেডি করদি আ, চলো সরকার জিন্না কা আপনে তরফ তো এফর্ট করদি আ, ঠিক আ সরকার লাজমি করদি আ কই চিজান, পর কইতে বাঙালি সাডি মাতৃভাষা, আসি মা নু ছড কে মানজে নি হো সকদে, মা নু হামেশা সানু নাল লাকি তুরনা পেনা, আসি তা আপনি ভাষা আপনে মান নাল বলদে আ, এ জরুরি নি ভাই কোই সরকার তো বহুত কো সরকার চলো আর্থ অ্যাডভাইজরি ভি লাউন্দি আ ਉਹ ਵੀ ਜਾਰੀ ਕਰਦੇ ਆ, ਪਰ ਕਹਿੰਦੇ ਅਸੀਂ ਆਪਣੀ ਭਾਸ਼ਾ ਆਪਣੀ ਮਾਣ ਨਾਲ ਬੋਲਦੇ ਹਾਂ। ਇੱਕ ਇਹ ਪੁੱਛ ਬੱਚਿਆਂ ਨੂੰ ਵੀ ਪੁੱਛਣਾ, ਇਹਨਾਂ ਨੂੰ ਵੀ ਪੁੱਛਣਾ ਵੀ ਜਿਹੜੀ ਜਿਹੜੀ ਇਹ ਬੋਲਚਾਲ ਦੀ ਭਾਸ਼ਾ ਬੱਚਾ ਅਸਮੇਂ ਬੋਲਦੇ ਆ, ਟੀਚਰਾਂ ਨਾਲ ਬੋਲਦੇ ਆ, ਗੱਲਬਾਤ ਕਰਦੇ ਆ, ਉਹ ਤਾਂ ਨਹੀਂ ਇਹਨਾਂ ਨੂੰ ਕੋਈ ਵੀ ਉੱਥੇ ਤੁਸੀਂ ਅੰਗਰੇਜ਼ੀ ਬੋਲਣੀ ਹੈ ਜਾਂ ਹੋਰ ਬੋਲਣਾ, ਉਹ ਤਾਂ ਨਹੀਂ ਕਿਸ ਤਰ੍ਹਾਂ ਦਾ ਇਹਨਾਂ 'ਤੇ? ਅਮਰਾ ਇਹਟਾ ਜਿਗੇਸ ਕੋਰਚੀ ਕਿ ਜੇਟਾ ਆਪਣਾਰਾ ਸਟੂਡੈਂਟ ਸੰਗੇ ਕਥਾ ਕਰਨ ਜਦੋਂ ਸਟੱਡੀ ਕਰਨ ਬਾ ਨਿਜੇਰਾ ਲੰਚ ਟਾਈਮ ਟਿਫਿਨ ਟਾਈਮ ਬਾਹਰੇ ਗਲਪ ਕਰੇ ਕਥਾ ਕਰੇ, ਜੇਟਾ ਆਪਣਾਰਾ ਸਟੱਡੀ ਟਾਈਮ ਪੜਾਨ সেইটা আপনারা বাংলাতেই পড়ান? বাংলাতেই কোনো এরকম নেই কি আর অন্য ল্যাঙ্গুয়েজ? না না না, অনলি বাংলাতে পড়ানো। কেন ভাই? ভাই বাঙালি জি পড়াওনে আ, বই তো বেঙ্গলি বই না, কেবল একটাই ভাষা বেঙ্গলি, আর একটা মাত্র সরকার ভাষা কি আছে আমাদের, যেহেতু অন্য জায়গাতে যেতে হয়, অন্য স্টেটে যেতে হয়, তো প্রয়োজন আছে, ওখানে তো আর বাংলা ভাষা চলবে না এতটা, যার জন্য ইংলিশটা শিখতে হয়। ও কেন ভাই সাডে ইক্কে বুক আ যেটা ইংলিশ চা, ਤੇ ਇੰਗਲਿਸ਼ ਦਾ ਸਬਜੈਕਟ ਇੰਗਲਿਸ਼ ਚ ਆ, ਸਿਰਫ ਉਹੀ ਅਸੀਂ ਪੜਾਉਨੇ ਆ, ਬਾਕੀ ਸਾਡੀਆਂ ਕਹਿੰਦਾ ਬੁੱਕਾਂ ਤੱਕ ਜਦ ਸਾਡੀਆਂ ਬੰਗਾਲੀ ਚ ਨੇ, ਸਾਇੰਸ ਸਮਾਜਿਕ ਬੁੱਕਾਂ ਹੀ ਬੰਗਾਲੀ ਚ, ਹਿਸਾਬ ਸਾਰਾ ਸਾਰਾ ਬੰਗਾਲੀ ਚ ਆ, ਬੰਗਾਲੀ ਚ ਫਿਰ ਕਹਿੰਦੇ ਸੀ ਬਾਕੀ ਭਾਸ਼ਾ। ਕਮਾਲ ਦੀ ਗੱਲ, ਬੰਗਲਾ ਪੜਨ ਵਾਲਾ ਬੰਦਾ, ਆਪਣੀ ਮਾਂ ਬੋਲੀ ਚ ਪੜਨ ਵਾਲਾ ਬੰਦਾ, ਸਾਰੀ ਸਟੱਡੀ ਸਾਰੀ ਸਿੱਖਿਆ ਆਪਣੀ ਮਾਂ ਬੋਲੀ ਚ ਲੈਣ ਵਾਲਾ ਬੰਦੇ ਨੇ ਨੋਬਲ ਪੁਰਸਕਾਰ ਜਿੱਤਿਆ। ਕੋਈ ਹੋਰ ਜਿੱਤ ਲੈਂਦਾ, ਹੋਰ ਕੋਈ ਜਿੱਤੂ, ਕੋਈ ਹੋਰ ਦੱਸ ਦੇਣਾ ਜਿਹੜੇ ਕਹਿੰਦੇ ਵੀ ਆਹ ਪੜ੍ਹ ਲਓ ਤੇ ਉਹ ਪੜ੍ਹ ਕੇ ਜਿੱਤ ਲਓ, ਇਹ ਇਹਨਾਂ ਦੀ ਪ੍ਰਾਪਤੀ ਹੈ, ਬੋਲੀ ਦੀ ਪ੍ਰਾਪਤੀ ਹੈ ਇਹ। ਬੋਲੀ ਚ ਕਿੰਨੀ ਜਗਦੀਸ਼ ਚੰਦਰ ਬੋਸ ਹਾਂ, ਜਿਹੜਾ ਵਿਗਿਆਨੀ, ਹਾਂ ਬੰਗਾਲੀ ਚ ਕਾਲਜ ਵੀ ਆ, ਤੋ ਇਧਰੋਂ ਵੀ ਆਪਾਂ ਕੁਛ, ਹਾਂ ਆ ਕਿਤਾਬ ਕਿਤਾਬ ਦਿਖਾਈ, ਆ ਦੇਖ ਲਓ ਇਹ ਮੈਥ ਹੀ ਹੈ ਨਾ, ਮੈਥ ਦੀ ਕਿਤਾਬ, ਮੈਥ ਹੈ, ਮੈਥ ਸਰ ਬੁੱਕ ਨਾ, ਇਹ ਮੈਥ ਹੈ, ਇਹ ਦੇਖ ਲਓ ਸਾਰਾ ਬੰਗਾਲੀ ਹੈ, ਇਹ ਦੇਖੋ ਸਾਰਾ ਬੰਗਾਲੀ ਹੈ ਜੀ, ਤੇ ਆਪਣੇ ਵਾਲਾ ਨੂੰ ਬਿਠਾ ਦਿਓ ਇਹਨਾਂ ਦੇ ਨਾਲ, ਜਿਹੜੇ ਕਹਿੰਦੇ ਹਿੰਦੀ ਐਂ ਕਰੋ, ਉਹ ਕਰੋ, ਅੰਗਰੇਜ਼ੀ 'ਚ ਐਂ ਕਰੋ, ਮੈਨੂੰ ਲੱਗਦਾ ਨਹੀਂ ਵੀ ਆਪਣੇ ਨੂੰ ਇੱਕ ਗਿਣ ਦੇਣਗੇ। ਮਾਂ ਬੋਲੀ 'ਚ ਆਪਾਂ ਹਮੇਸ਼ਾ ਕਹਿੰਦੇ ਜਿਹੜਾ ਬੱਚਾ ਮਾਂ ਬੋਲੀ 'ਚ ਪੜ੍ਹਦਾ ਹੈ ਨਾ, ਉਹ ਮਾਂ ਬੋਲੀ ਦੇ ਵਿੱਚ ਉਹ ਇੰਨਾ ਮਜ਼ਬੂਤ ਹੁੰਦਾ ਵੀ ਉਹ ਦੋ ਦੂਜੀਆਂ ਬੋਲੀਆਂ ਤਾਂ ਫਟਾਫਟ ਉਂਗਲਾਂ 'ਤੇ ਰੱਖਦਾ। ਸੋ ਆਪਾਂ ਕਿਸੇ ਹੋਰ ਵੀ ਆਪਾਂ ਆਏ ਇੱਧਰ ਬੱਚੇ, ਚਲੋ ਮੈਨੂੰ ਆਪਣਾ ਸਾਹਮਣੇ ਆਪਾਂ ਇਹ ਪੁੱਛਣਾ ਇਸ ਨੌਜਵਾਨ ਨੂੰ ਵੀ ਇੱਕ ਬੋਲੀ ਹੈ ਜਿਹੜੀ, ਉਹ ਬੋਲੀ ਇੱਕ ਇਨਸਾਨ ਦੇ ਵਜੂਦ ਨੂੰ ਜਿਉਂਦਾ ਰੱਖਣ ਲਈ, ਪਛਾਣ ਨੂੰ, ਉਸ ਕੌਮ ਦੀ ਪਛਾਣ ਨੂੰ, ਉਸ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਬੋਲੀ ਕੀ ਮਹੱਤਵ ਰੱਖਦੀ ਹੈ, ਬੋਲੀ ਦੇ ਕੀ ਮਾਇਨੇ ਹੁੰਦੇ ਆ, ਕੀ ਅਹਿਮੀਅਤ ਹੁੰਦੀ ਆ, ਜੇ ਇਹਨੂੰ ਪਤਾ ਹੋਵੇ দাদা জিজ্ঞেস করতে চাইছে কি যেটা বাংলা ভাষা তোমাদের জন্য কি ভ্যালুটা রাখে, তোমরা বাংলা ভাষাকে কিরকম দেখো জীবনে, কিরকম আগে কিরকম বাংলা ভাষাকে নিয়ে চলতে চাই, তোমাদের জন্য একটা ভ্যালুটা কি, তোমার একটা নিজের একটা হয় না
নিজের একটা ফেস ভ্যালুটা হয় সেইটা দাদা জিজ্ঞেস করতে চাই। আমি গর্বিত কি আমি একজন বাঙালি, আমি আমার পূর্ব থেকে সবাই আমাদের এই ভাষার জন্য জীবন দিয়েছে। বাংলা ভাষাকে আমরা জন্ম থেকে আমি ভালোবাসি, আমি এটা বাঙালির জন্য আমি এটা গর্বিত করি কি আমি বাঙালি। ওই জন্য আমরা এটা সমাজে এটা নাগরিক হয়ে তোলার জন্য আমরা এটা বাঙালি ভাষাকে কী করে আমরা এটা সমাজে গড়ে তুলব কি, মানে বাংলাই মানে বাংলা ভাষাটা একটা পাওয়ার আছে, শুধুমাত্র আলাদা ভাষা তো নয় আমাদের ভাষাতে পাওয়ার আছে। ওই জন্য অনেক কোনো অফিসার হোক, আইপিএস হোক, আইএএস হোক, অনেক বড় বড় স্থানে আমরা যেভাবে যেতে পারি একটা বাংলা ভাষা একটা নতুন একটা নাম গড়ে তুলুক কি কি এটা। হ্যাঁ, বাংলা ভাষা একটা ভাষা যেখানে ওখান থেকে একটা ছেলে বা মেয়ে ওখান থেকে এসেছে এখানে চাকরি করছে তা নাম তুলুক, আমি অনেক গর্ব করি কি হ্যাঁ বাংলাতেও এরকম ছেলে মেয়ে আছে যে কি অত বড় বড় চাকরি করতে পারছে। আর বাংলা ভাষার জন্য আমরা জীবনে যেতে পারি, ਵੀ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਬੰਗਾਲੀ ਹਾਂ ਅਤੇ ਬੰਗਾਲੀ ਬੋਲਦੇ ਹਾਂ। ਕਹਿੰਦੇ ਜ਼ਰੂਰੀ ਨਹੀਂ ਵੀ ਬਈ ਹੋਰ ਭਾਸ਼ਾਵਾਂ ਪੜ੍ਹ ਕੇ ਹੀ ਕੁਛ ਬਹੁਤ ਵੱਡਾ ਕੀਤਾ ਜਾ ਸਕਦਾ। ਕਹਿੰਦੇ ਸਾਡੇ ਬੜੇ ਬੜੇ ਸਾਇੰਟਿਸਟ ਡਾਕਟਰ ਹੋਰ ਹੈਗੇ ਨੇ ਜਿਹੜੇ ਬੰਗਾਲੀ 'ਚ ਪੜ੍ਹ ਕੇ ਅਸੀਂ ਕਿੱਥੇ ਪਹੁੰਚੇ ਨੇ। ਹੋਰ ਪੁੱਛੋ ਵੀ ਤੁਹਾਨੂੰ ਸਾਰੇ ਜਿਵੇਂ ਆਪਾਂ ਏਕਾ ਦੂਆ ਕਹਿੰਦੇ ਹਾਂ, ਪਹਾੜੇ ਕਹਿੰਦੇ ਹਾਂ, ਆਪਾਂ ਸਾਰੀ ਆਪਣੀ ਜਿਹੜੀ ਪੈਂਤੀ ਕਹਿੰਦੇ ਹਾਂ, ਉਹ ਜਿਵੇਂ ਆਪਣਾ ਕਹਿੰਦੇ ਆਪਣੇ ਬੱਚਿਆਂ ਨੂੰ ਉੱਥੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਨਾਂ ਨਹੀਂ ਪੰਜਾਬੀ 'ਚ ਲਿਖਣੇ ਆਉਂਦੇ, ਹੈ ਨਾ, ਤਾਂ ਇਹ ਇਸ ਪੱਖੋਂ ਇਹ ਕਿੱਥੇ ਖੜੇ ਨੇ, ਇਹਨਾਂ ਦਾ ਪੱਧਰ ਕਿੱਥੇ ਖੜਾ? ਦਾਦਾ ਜਿਗੇਸ ਕਰਤੇ ਚਾਹੀਦੇ ਕਿ ਜੇਟਾ ਨਿਊਮੈਰਿਕ ਵਰਡਸ ਹੋਏ 1 2 3 ਸੇਟਾ ਆਪਣਾਰਾ ਪੂਰਾ ਕਥੋ ਜਾਣੇ ਸੇਟਾ ਆਪਣਾਰਾ ਲਿਖਤੇ ਪਾਰੇਨ ਬਾ ਨਿਜੇ ਡੇਟਾ ਆਮਰਾ ਜਿਖਾਨ ਤੇ ਜਿਰਕਮ ਆਮਦੇ ਪੰਜਾਬੀ ਆਚੇ ਕਿ ਡੇਟਾ ਆਮਰਾ ਆਮਦੇ ਬੱਚਾ ਰਾਜ ਕੇ ਡੇਟਾ ਖਾਨੇ ਜੇਟਾ ਯੰਗਸਟਰ ਸਾਚੇ ਟੀਨੇਜਰ ਸਾਚੇ ਜੇਟਾ ਪੜਾਸਣਾ ਕਰੇ ਉਹਨਾਰਾ 1 2 3 ਪੰਜਾਬੀ ਦੇ ਜਾਣੇ ਨਾ ਬਾ ਨਿਜੇ ਗ੍ਰਾਮੇਰ ਕਿ ਆਮਰਾ ਕੋਥਾ ਤੇ ਕੇ ਬਿਲੋਂਗ ਕਰੀ সেটা তোমরা কিরকম ক্যারি করো তোমরা? না আমরা না আমরা ছোটবেলাতে আমাদের ভাষার জন্য আমরা অনেক গুরুত্বপূর্ণ রাখি। আমরা যে হোক আমরা প্রথম কোন অক্ষর হোক কি আমাদের এক দুই হোক যে কোনো হোক আমরা ওর উপর সব থেকে প্রথম গুরুত্ব রাখি, তারপর আমরা ইংরাজি হোক আলাদা ল্যাঙ্গুয়েজ গুরুত্ব রাখি। কেন ভাই আসি পহলি ক্লাস শুরু কুছ শুরুয়াতি ক্লাসা চ আসি বঙ্গালী একা দুয়া বঙ্গালী চ পড়ন লাগে সিগে তে আসি তুই কুই সানু আনি পহলা আসি বঙ্গালী পড়তে হ্যাঁ ਬੰਗਾਲੀ 'ਚ ਸਿੱਖੇ ਬੰਗਾਲੀ, ਫਿਰ ਅਸੀਂ ਇੰਗਲਿਸ਼ ਉਂਗਲਿਸ਼ ਤਾਂ ਕਹਿੰਦੇ ਅਸੀਂ ਬਾਅਦ 'ਚੋਂ ਸਿੱਖੇ ਜਾਂ ਹੋਰ ਭਾਸ਼ਾਵਾਂ 'ਚ ਅਸੀਂ ਬਾਅਦ 'ਚੋਂ ਸਿੱਖੇ, ਪਹਿਲਾਂ ਅਸੀਂ ਬੰਗਾਲੀ 'ਚ ਸਿੱਖਿਆ, ਬੰਗਾਲੀ 'ਚ ਪੜ੍ਹੇ ਬੋਲੇ। ਅੱਛਾ ਜਿਉਂਦਾ ਰਹਿ, ਮਾਣ ਆ ਸਾਨੂੰ, ਦੇਖੋ ਅਸੀਂ ਮਾਣ ਕਰਦੇ ਹਾਂ ਤੁਹਾਡੇ 'ਤੇ ਸਾਰਿਆਂ 'ਤੇ ਕਿ ਆਹ ਇੱਕ ਪਹਿਲਾਂ ਦਿਖਾ ਦੇ, ਆਹ ਸਾਇੰਸ ਦੀ ਕਿਤਾਬ ਹੈ ਜੀ, ਸਾਰੀ ਸਾਰੀ ਬੰਗਾਲੀ 'ਚ ਹੈ, ਆਹ ਦੇਖ ਲਓ ਆਹ ਸਾਇੰਸ ਦੀ ਕਿਤਾਬ ਆ। ਇਹ ਸਾਇੰਸ ਹਿਸਾਬ ਆਪਾਂ ਪਹਿਲੇ ਕਿਹਾ ਵਿਗਿਆਨ ਹਿਸਾਬ ਮੈਥ ਸਾਇੰਸ ਸਭ ਆਪਣੀ ਬੋਲੀ 'ਚ ਪੜ੍ਹਾਉਂਦੇ ਆ ਜੀ, ਅਤੇ ਇੱਥੋਂ ਇਹ ਸਾਇੰਸ ਆਪਣੀ ਬੋਲੀ 'ਚ ਪੜ੍ਹ ਕੇ ਸਾਇੰਟਿਸਟ ਬਣੇ ਨੇ ਜਿਨ੍ਹਾਂ ਨੇ ਨੋਬਲ ਪੁਰਸਕਾਰ ਜਿੱਤੇ, ਜਿਨ੍ਹਾਂ ਨੇ ਸਰਚਾਂ ਕੀਤੀਆਂ ਨੇ, ਖੋਜਾਂ ਕੀਤੀਆਂ ਬਹੁਤ ਵੱਡੀਆਂ ਵੱਡੀਆਂ, ਇੱਥੋਂ ਪਤਾ ਲੱਗਦਾ ਵੀ ਮਾਂ ਬੋਲੀ ਦੀ ਤਾਕਤ ਕੀ ਹੁੰਦੀ ਹੈ। ਸੋ ਚੱਲ ਬਾਈ ਪੜ੍ਹ ਰਹੇ ਹਾਂ ਪੰਜਾਬ ਦੇ ਵਿੱਚ, ਆਪਣੀਆਂ ਨਸਲਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਬੋਲੀ ਆਪਣੇ ਵਿਰਸੇ ਨਾਲ ਜੋੜਨ ਦੇ ਲਈ। ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਲੋਕਾਂ ਨੂੰ ਉਸ ਤਰੀਕੇ ਨਾਲ ਸਮਝਾ ਨਹੀਂ ਪਾ ਰਹੇ ਕਿ ਬੋਲੀ ਦਾ ਕੀ ਮਹੱਤਵ ਆ, ਬੋਲੀ ਕਿੰਨੀ ਅਹਿਮ ਹੈ ਕਿਸੇ ਇਨਸਾਨ ਦੇ ਜਿਉਂਦੇ ਰਹਿਣ ਲਈ, ਉਹਦੇ ਵਜੂਦ ਨੂੰ, ਉਹਦੀ ਪਛਾਣ ਨੂੰ ਦੁਨੀਆ 'ਚ ਜਿਉਂਦਾ ਰੱਖਣ ਲਈ ਬੋਲੀ ਦੇ ਕੀ ਮਹੱਤਵ ਹੁੰਦਾ, ਇਸ ਕਰਕੇ ਤੁਹਾਡੇ ਕੋਲ ਆਏ ਹਾਂ। ਖੁਸ਼ੀ ਹੋਈ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਕਿ ਤੁਸੀਂ ਆਪਣੀ ਜਾਨ ਨਾਲੋਂ ਵੱਧ ਆਪਣੀ ਬੋਲੀ ਆਪਣੇ ਵਿਰਸੇ ਨੂੰ ਪਿਆਰ ਕਰਦੇ ਹੋ, ਤਰਜੀਹ ਦਿੰਦੇ ਹੋ ਬੋਲੀ ਬੋਲਣ 'ਚ ਵੀ, ਲਿਖਣ 'ਚ ਵੀ, ਪੜ੍ਹਨ 'ਚ ਵੀ। ਤੁਸੀਂ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਸਭ ਤੋਂ ਪਹਿਲਾਂ ਸਾਡੀ ਬੰਗਲਾ ਬੋਲੀ ਹੈ, ਉਦੋਂ ਬਾਅਦ 'ਚ ਦੂਜੀਆਂ ਬੋਲੀਆਂ ਨੇ। ਤੁਸੀਂ ਸਿੱਖਦੇ ਵੀ ਹੋ ਸ਼ੁਰੂ ਤੋਂ ਏਕਾ ਦੂਆ ਪਹਾੜੇ, ਉਹ ਆਪਣੀ ਬੋਲੀ 'ਚ, ਤੁਸੀਂ ਆਪਣੀ ਕਿੰਨੇ ਅੱਖਰ ਦੱਸੇ ਸੀ? 53 53 ਅੱਖਰ ਹੈ, ਜਿਵੇਂ ਸਾਡੇ ਕੋਲ ਗੁਰਮੁਖੀ ਸਾਡੀ ਲਿਪੀ ਆ, ਉਹ 'ਚ 35 ਅੱਖਰ ਨੇ। ਸਾਹਮੁਖੀ ਵੀ ਸਾਡੀ ਲਿਪੀ ਹੈ, ਸਾਹਮੁਖੀ ਉੱਧਰ ਲਾਹੌਰ ਵੱਲ ਬੋਲੀ ਜਾਂਦੀ ਹੈ, ਗੁਰਮੁਖੀ ਇੱਧਰ ਚੜ੍ਹਦੇ ਪੰਜਾਬ 'ਚ ਬੋਲੀ ਜਾਂਦੀ ਹੈ, ਲਿਖੀ ਜਾਂਦੀ ਹੈ, ਉਹ ਸ਼ਾਹਮੁਖੀ ਲਿਖੀ ਜਾਂਦੀ ਹੈ, ਗੁਰਮੁਖੀ ਲਿਖੀ ਜਾਂਦੀ ਹੈ, ਬੋਲਣ ਵਾਲੇ ਅਸੀਂ ਪੰਜਾਬੀ ਹਾਂ। ਸੋ ਇੱਕ ਮੈਨੂੰ ਦੱਸੋ ਕਿ ਤੁਸੀਂ ਪੰਜਾਬੀ ਗੀਤ ਸੁਣਦੇ ਹੋ? ਦਾਦਾ ਜਿਗੇਸ ਕੌਰ ਜੀ, ਤੁਮਰਾ ਪੰਜਾਬੀ ਗਾਨ ਸੁਣੋ ਸੁਣੋ ਸੁਣਦੇ ਹਾਂ ਤਾਂ ਕਿਹੜਾ ਗਾਇਕ ਸੁਣਦੇ ਹੋ? ਕੌਂਟਾ ਸਿੰਗਰ
কোন সিঙ্গারের নাম জানো তোমরা যেটা পাঞ্জাবি গান করে? হ্যাঁ আমরা সিদ্ধু মুসেওয়ালার গান খুব শুনতাম, আমরা খুব ভালোবাসি ওনাকে। হ্যাঁ উনি এখন নেই, কিন্তু উনি সারা ভারতে আমাদের জন্য এত ভালো ভালো গান করেছেন, গান লিখেছেন। আমি ওনাকে অনেক সম্মান জানাই, আর উনি যেখানেও আছেন উনি ভালো থাকুন। ਬਹੁਤ ਵੱਡੀ ਗੱਲ ਕਹੀ ਆ, ਕਹਿੰਦੇ ਅਸੀਂ ਉਰੇ ਰਹਿੰਦੇ ਹਾਂ ਪਰ ਅਸੀਂ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ ਹਾਂ। ਕੁੜੀ ਨੇ ਪਹਿਲਾਂ ਥੋੜੀ ਜਿਹੀ ਪੰਜਾਬੀ ਵੀ ਬੋਲੀ ਸੀਗੀ। ਅੱਛਾ ਹਾਂ, ਤੇ ਕਹਿੰਦੇ ਅਸੀਂ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ, ਅੱਜ ਉਹ ਆਪਣੇ ਦੇ ਵਿੱਚ ਨਹੀਂ ਹੈਗਾ, ਇਹ ਸਾਡੀ ਬਦਕਿਸਮਤੀ ਆ। ਪਰ ਉਹਨੇ ਜਿਹੜਾ ਸਾਨੂੰ ਇੱਕ ਜਿਹੜਾ ਐਂਟਰਟੇਨਮੈਂਟ ਦਿੱਤਾ, ਸਾਡੇ ਜਿਹੜਾ ਭਾਰਤ ਦਾ ਨਾਂ ਰੋਸ਼ਨ ਕੀਤਾ। ਕਮਾਲ ਦੀ ਗੱਲ ਮੂਸੇਵਾਲਿਆ, ਅਮਰ ਹੀ ਰਹੇਗਾ ਕਿ ਤੂੰ ਜਾਣ ਵਾਲਾ ਚਲਿਆ ਗਿਆ, ਪਰ ਸਾਡੀ ਬੋਲੀ ਨੂੰ, ਸਾਡੀ ਪਛਾਣ ਨੂੰ ਕਿੱਥੋਂ ਕਿੱਥੋਂ ਤੱਕ ਲੈ ਗਿਆ। ਕੀ ਆ ਬੰਗਾਲ ਦੇ ਜਵਾਕਾਂ ਨੇ ਕਦੇ ਸੋਚਣਾ ਸੀ ਪੰਜਾਬੀ ਕੌਣ ਹੈ, ਪੰਜਾਬੀ ਬੋਲੀ ਕਿਹੜੀ ਹੈ? ਤਾਂ ਸਿੱਧੂ ਮੂਸੇਵਾਲਾ ਗਾਨ ਸੁਣੋ। ਹਾਂ ਦੂਜੀ ਗੱਲ ਬਈ, ਉਹ ਮੁੰਡਾ ਸੁਭ ਹੋਰ ਆ ਕਿਹਦਾ ਨਾਂ ਲਿਆ ਸੀ? ਮੈਂ ਦਿਵਾਸ਼ਿਸ ਨਹੀਂ, ਤੁਹਾਡਾ ਕੌਣ ਸਿੰਗਰ ਦਾ ਨਾਮ ਨਹੀਂ? ਆਰ ਸੁਭ, ਆਰ ਮਹਿੰਦਰ ਗਿੱਲ। ਅੱਛਾ, ਆਰ ਵੀ ਸੁਣਨਾ। ਦੇਖੋ ਯਾਰ, ਮੈਂ ਇੱਕ ਗੱਲ ਮੈਂ ਹਮੇਸ਼ਾ ਕਹਿਣਾ ਹੁੰਦਾ ਭਾਨੇ, ਵੀ ਸਾਡੇ ਸੰਗੀਤ 'ਚ ਇੰਨੀ ਜਾਨ ਆ ਨਾ, ਗੋਰਿਆਂ ਦੇ, ਕਾਲਿਆਂ ਦੇ, ਸਭ ਦੇ, ਤਾਮਲਾਂ ਦੇ, ਬੰਗਾਲੀਆਂ ਦੇ, ਦਿਲ ਧੜਕਣ ਲਾ ਆਉਂਦਾ ਹੈ ਨਾ। ਕਿੰਨੀ ਜਾਨ ਆ ਸਾਡੇ ਸੰਗੀਤ 'ਚ, ਕਿੰਨੀ ਸ਼ਬਦਾਂ 'ਚ ਸਾਡੇ ਜਾਨ ਆ, ਕਮਾਲ ਦੀ ਗੱਲ ਆ। ਜਿਉਂਦੇ ਰਹਿਣ ਭਰਾਵੋ ਪੰਜਾਬੀ ਆ, ਉਹ ਵੀ ਵਿਚਾਰੇ ਮਾਂ ਬੋਲੀ ਦੀ ਸੇਵਾ ਕਰ ਰਹੇ ਆ, ਮਾਂ ਬੋਲੀ ਉਹਨਾਂ ਦੀ ਸੇਵਾ ਕਰ ਰਹੀ, ਉਹ ਵੀ ਆਪਣਾ ਯੋਗਦਾਨ ਪਾ ਰਹੇ ਆ ਬੋਲੀ ਦੇ ਲਈ, ਉਹ ਵੀ ਬਹੁਤ ਵੱਡਾ ਕੋਈ ਠੀਕ ਆ ਹੈ ਨਾ। ਬਹੁਤ ਸਿੱਧੂ ਨੂੰ ਇੱਥੇ ਬਹੁਤ ਪਿਆਰ ਕੀਤਾ ਜਾਂਦਾ, ਇਸੇ ਕਰਕੇ ਤਾਂ ਮਰਵਾਇਆ, ਇਸੇ ਕਰਕੇ ਤਾਂ ਰੌਲਾ ਨਾ। ਜਿਹੜਾ ਬੰਦਾ ਆਪਦੀ ਪਛਾਣ ਨੂੰ ਦੁਨੀਆ 'ਚ ਪਹੁੰਚਾ ਰਿਹਾ ਸੀ, ਆਪਣੀ ਬੋਲੀ ਨੂੰ ਪੂਰੇ ਵਰਲਡ ਵਾਈਡ ਦੁਨੀਆ 'ਚ ਲੈ ਗਿਆ, ਗੋਰੇ ਵੀ ਸਿੱਖਣ ਲੱਗ ਗਏ ਪੰਜਾਬੀ ਹੈ ਨਾ, ਉਹ ਬੰਦੇ ਕਦੋਂ ਇਹਨਾਂ ਤੋਂ ਬਰਦਾਸ਼ਤ ਹੁੰਦੇ ਆ। ਸੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਅਤੇ ਤੁਹਾਡਾ ਵੀ ਸਾਰਿਆਂ ਦਾ, ਇਹਨੂੰ ਕਹਿ ਦੇ ਇਹਨਾਂ ਦੀ ਬੰਗਲਾ 'ਚ ਕਹਿ ਦੇ ਬਾਈ। ਹਾਂ ਇੱਕ ਸੁਨੇਹਾ ਮੇਰੇ ਉਹਨਾਂ ਪੰਜਾਬ ਦੇ ਜਵਾਕਾਂ ਨੂੰ ਦੇ ਦਿਓ, ਉਹਨਾਂ ਮਾਪਿਆਂ ਨੂੰ ਦੇ ਦਿਓ, ਸਾਰੇ ਇਕੱਠੇ ਹੋ ਕੇ, ਵੀ ਤੁਸੀਂ ਜਿਵੇਂ ਅਸੀਂ ਪਿਆਰ ਕਰਦੇ ਹਾਂ ਆਪਣੀ ਬੋਲੀ ਨੂੰ, ਆਪਣੇ ਵਿਰਸੇ ਨੂੰ, ਤੁਸੀਂ ਵੀ ਆਪਣੀ ਬੋਲੀ ਆਪਣੇ ਵਿਰਸੇ ਨਾਲ ਜੁੜੋ। ਇੱਕ ਸੁਨੇਹਾ ਸਾਰੇ ਇਕੱਠੇ ਹੋ ਕੇ ਦੇ ਦਿਓ, ਬੰਗਾਲੀ ਤੁਹਾਡੀ ਆਪਣੀ ਬੋਲੀ ਦੇ ਦਿਓ। ਇਹ ਮੁੰਡਾ ਮੇਰੇ ਨਾਲ ਖੜਾ ਹੈ, ਦੱਸ ਦੂਗਾ ਮੈਂ। ਹਾਂ ਸੰਦੇਸ਼ ਚਾਹੀਦੀ ਕਿ ਤੁਮਰਾ ਜਿਰਕਮ ਨਿਜਰ ਲੈਂਗੁਏਜਟਾ ਕੇ ਇੱਕਟਾ ਪਿਆਰ ਕਰੋ, ਸੇਟਾ ਤੁਮਰਾ ਇੱਕਟਾ ਸੰਦੇਸ਼ ਦਾਓ ਕਿ ਪੰਜਾਬੀ ਜੋ ਤੋ ਲੋਕ ਥਾਕੇ, ਪੰਜਾਬੀ ਜੋ ਤੋ ਸਟੂਡੈਂਟਸ ਆਚੇ, ਪੇਰੈਂਟਸ ਆਚੇ, ਉਹਰਾਓ ਨਿਜਰ ਪੰਜਾਬੀ ਲੈਂਗੁਏਜ ਕੇ ভালোবাসে, নিজের তে পড়াশো পাঞ্জাবি ল্যাঙ্গুয়েজে পড়াশোনা করে, আর পাঞ্জাবি ল্যাঙ্গুয়েজে প্রাউড করে আর গর্ব করে কি নিজে পাঞ্জাবি আর কোনো ল্যাঙ্গুয়েজে পড়াশোনা পড়ে করে আগে পাঞ্জাবিতে পড়া করে, সেটা একটা সন্দেশ চাই আমার। সারে সেনে ইহা কঠা দে, তুই একটা বাংলাতে সবাই একসঙ্গে বলে দাও কি আমরা সন্দেশ যে আমাদের বাঙালি মতন সকলে যেমনি পাঞ্জাবে নিজের ভাষাকে বেশি গুরুত্ব দে, তারপর অন্য ভাষাকে গুরুত্ব দে, যেহেতু তারা পাঞ্জাবে বাস করে, পাঞ্জাবে হচ্ছে তাদের মাতৃভাষা, চলো ভাই বলো, যেভাবে আমরা বাংলা ভাষাকে প্রথম থেকে শুরু করি পড়াশোনাতে, ওইভাবে পাঞ্জাবি বাচ্চারাই ওদের ভাষাকে প্রথম থেকে শুরু করলে ভালো হতো। সারে জবাকানে কি স্নেহা দত্তা? স্নেহা দত্তা পাঞ্জাব ਵਾਲੇ ਤੁਹਾਨੂੰ ਬੰਗਾਲ ਤੋਂ ਕਲਕੱਤੇ ਤੋਂ, ਜਿਵੇਂ ਇਹ ਜਵਾਕ ਆਪਣੀ ਬੋਲੀ, ਇਹ ਉਹਨਾਂ ਦੇ ਟੀਚਰ ਆਪਣੀ ਬੋਲੀ ਆਪਣੇ ਵਿਰਸੇ ਨੂੰ ਪਿਆਰ ਕਰਦੇ ਆ, ਦਿਲੋਂ ਜਾਨ ਨਾਲ ਜੁੜੇ ਹੋਏ ਆ, ਤਾਂ ਐਂ ਤੁਹਾਡੇ ਲਈ ਸੁਨੇਹਾ ਇੱਥੋਂ ਬੰਗਾਲ ਦੀ ਧਰਤੀ ਤੋਂ ਆ ਕਿ ਤੁਸੀਂ ਵੀ ਆਪਣੀ ਬੋਲੀ ਲਈ ਇੱਕ ਇਨਕਲਾਬ ਖੜਾ ਕਰੋ, ਇੱਕ ਲਹਿਰ ਖੜੀ ਕਰੋ, ਆਪਣੀ ਬੋਲੀ ਨੂੰ ਪਿਆਰ ਕਰੋ, ਆਪਣੇ ਵਿਰਸੇ ਨੂੰ ਪਿਆਰ ਕਰੋ, ਜੋੜ ਕੇ ਰੱਖੋ ਆਪਣੇ ਬੱਚਿਆਂ ਨੂੰ, ਕਿਉਂਕਿ ਇਹਦੇ ਨਾਲ ਹੀ ਤੁਹਾਡੀ ਪਛਾਣ ਆ, ਤੁਹਾਡਾ ਵਜੂਦ ਆ, ਤੁਹਾਡੀ ਹੋਂਦ ਨੇ ਜਾਂਦਾ ਰਹਿਣਾ। ਧੰਨਵਾਦ ਬਈ ਸਾਰਿਆਂ ਦਾ।
ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਭਾਈ ਭਾਈ ਦੇਖ ਲੈ ਸਤਿ ਸ਼੍ਰੀ ਅਕਾਲ ਦਾ ਵੀ ਪਤਾ